ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਏ ਟੀਵੀ ਮੈਂ ਬਰਨ ਕੌਰ ਮਾਨ ਖਬਰਾਂ ਦੇ ਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰਾਂ ਦੇ ਬਲਟਨ ਦੇ ਸਪੌਂਸਰ ਹਨ ਰੀਮੈਕਸ ਦੇ ਰੀਲਟਰ ਗੁਰਜਤੇਂਦਰ ਸਿੰਘ ਰੰਧਾਵਾ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ ਮੰਨੇ ਪ੍ਰਮੰਨਿਆ ਨਾਮ ਇਹਨਾਂ ਦਾ ਫੋਨ ਨੰਬਰ ਹੈ 916320934 ਤੇ ਹੁਣ ਪੇਸ਼ ਨੇ ਪਹਿਲਾਂ ਚੋਣ ਲਈਆਂ ਖਬਰਾਂ ਅਮਰੀਕਾ ਦੇ ਵਿੱਚ ਥੈਂਕ ਯੂ ਨਾ ਕਿਹਾ ਤਾਂ ਦੁਕਾਨਦਾਰ ਨੇ ਗਾਹਕ ਦਾ ਕਰ ਦਿੱਤਾ ਕਤਲ ਸਾਹਮਣੇ ਆਇਆ ਹੈਰਾਨ ਕਰ ਦੇਣ ਵਾਲਾ ਵੀਡੀਓ ਅਮਰੀਕਾ ਚ ਦੋ ਥਾਮਾਂ ਤੇ ਫਿਰ ਚੱਲੀਆਂ ਗੋਲੀਆਂ ਦੀਵਾਲੀ ਤੇ ਮੋਹਾਲੀ ਵਿੱਚ ਜਗਾਇਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਬਣਾਇਆ 월ਡ ਰਿਕਾਰਡ ਨਿਊਯਾਰਕ ਵਿੱਚ ਹਮਲੇ ਤੋਂ ਬਾਅਦ ਸਲਮਾਨ ਰਸ਼ਦੀ ਦੀ ਇੱਕ ਅੱਖ ਗਈ ਗਵਾਂਚ ਏਜੰਟ ਨੇ ਕੀਤੀ ਪੁਸ਼ਟੀ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਪਖਾਨਿਆਂ 'ਚ ਸਰੰਜਾਂ ਤੇ ਟੀਕੇ ਮਿਲਣ ਦੀ ਹੋਵੇਗੀ ਜਾਂਚ ਡਿਪਟੀ ਕਮਿਸ਼ਨਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਦਿੱਤੇ ਜਾਂਚ ਦੇ ਹੁਕਮ ਜ਼ਹਿਰੀਲੀ ਹੋਈ ਪੰਜਾਬ ਦੀ ਹਵਾ 7 ਦਿਨਾਂ ਵਿੱਚ ਹੇਠਾਂ ਡਿੱਗਾ ਗੁਣਵੱਤਾ ਦਾ ਪੱਧਰ 15 ਲੱਖ ਦੀਵੇ ਜਗਾਉਣ ਦਾ ਬਣਿਆ ਰਿਕਾਰਡ ਅਯੁੱਧਿਆ ਦੀ ਦੀਵਾਲੀ ਨੇ ਲਗਾਈ ਰੌਣਕ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਕਿਸੇ ਵਿਅਕਤੀ ਦਾ ਮੂਡ ਕਿਹੋ ਜਿਹਾ ਹੋਏਗਾ ਇਸ ਦੀ ਕੋਈ ਗਰੰਟੀ ਨਹੀਂ ਹੈ ਅੱਜ ਦੇ ਯੁੱਗ ਵਿੱਚ ਹਾਲਾਤ ਇਹ ਨੇ ਕਿ ਲੋਕ ਗੁੱਸੇ ਵਿੱਚ ਕੁਝ ਵੀ ਕਰ ਲੈਂਦੇ ਨੇ ਮਾਰਨ ਵਿੱਚ ਵੀ ਦੇਰੀ ਨਹੀਂ ਲੱਗਦੀ ਕੀ ਕਦੇ ਅਜੀਹਾ ਹੋ ਸਕਦਾ ਹੈ ਕਿ ਜਿਸ ਵਿਅਕਤੀ ਨੂੰ ਤੁਸੀਂ ਧੰਨਵਾਦ ਨਾ ਕਿਹਾ ਹੋਵੇ ਉਸ ਨੇ ਗੁੱਸੇ ਵਿੱਚ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਇਹਨਾਂ ਗੱਲਾਂ ਤੇ ਯਕੀਨ ਨਹੀਂ ਹੋਏਗਾ ਪਰ ਇਹ ਸੱਚ ਹੈ ਅਜੀਹਾ ਹੀ ਇੱਕ ਹੈਰਾਨੀਜਨਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਸਮਾਨ ਖਰੀਦਣ ਤੋਂ ਬਾਅਦ ਇੱਕ ਵਿਅਕਤੀ ਨੇ ਦੁਕਾਨਦਾਰ ਦਾ ਧੰਨਵਾਦ ਨਹੀਂ ਕੀਤਾ ਤਾਂ ਉਸਨੇ ਉਸਦਾ ਕਤਲ ਕਰ ਦਿੱਤਾ ਅਮਰੀਕਾ ਦੀ ਐਨਵੀਸੀ ਨਿਊਜ਼ ਦੇ ਮੁਤਾਬਕ ਪੁਲਿਸ ਨੇ ਨਿਊਯਾਰਕ ਸਿਟੀ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ ਹੈ ਕਿ ਉਸਨੇ ਮਾੜੇ ਵਿਵਹਾਰ ਕਾਰਨ ਕਥਿਤ ਤੌਰ ਤੇ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਹੈਰਾਨ ਕਰਨ ਵਾਲੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਟੈਕਸਾਸ ਦੇ ਮੈਥੋਡਿਸਟ ਡਲਾਸ ਮੈਡੀਕਲ ਸੈਂਟਰ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਇਸ ਗੋਲੀਬਾਰੀ ਵਿੱਚ ਦੋ ਮੁਲਜ਼ਮਾਂ ਦੀ ਗੋਲੀ ਲੱਗਨ ਕਾਰਨ ਮੌਤ ਹੋ ਗਈ ਹੈ ਔਰ ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਦੋਸ਼ੀ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਡਲਾਸ ਪੁਲਿਸ ਨੇ ਮੁਲਜ਼ਮ ਦੀ ਪਛਾਣ 30 ਸਾਲਾ ਨੈਸਟਰ ਵਜੋ ਕੀਤੀ ਹੈ ਹਰਨਾਂਡੇਸ ਨੂੰ ਮੈਥੋਡਿਟਸ ਹੈਲਥ ਪੁਲਿਸ ਨੇ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ ਦਲਾਤ ਪੁਲਿਸ ਨੇ ਕਿਹਾ ਕਿ ਹਰਨਾਨ ਡੇਜ਼ ਦਾ ਪਰਾਦਰਕ ਰਿਕਾਰਡ ਹੈ ਅਤੇ ਗੋਲੀਬਾਰੀ ਦੇ ਸਮੇਂ ਪੈਰੋਲ ਤੇ ਸੀ ਉਸ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਹਸਪਤਾਲ ਵਿੱਚ ਕਿੰਨਾ ਸਮਾਂ ਰੱਖਿਆ ਗਿਆ ਵੀਆਈਪੀ ਸ਼ਹਿਰ ਮੋਹਾਲੀ ਦੇ ਲੋਕਾਂ ਨੇ ਦੀਵਾਲੀ ਮੌਕੇ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਜਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਇਸ ਦੀਵੇ ਰਾਹੀਂ ਵਿਸ਼ਵ ਸ਼ਾਂਤੀ ਧਰਮ ਨਿਰਪੱਖਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਇਸ ਦਾ ਨਾਮ ਗਿਨੈਸ ਬੁੱਕ ਆਫ ਵਰਲਡ ਰ ریکارڈ ਵਿੱਚ ਦਰਜ ਹੋ ਗਿਆ ਸੈਕਟਰ 88 ਸਥਿਤ ਹੀਰੋ ਹੋਮਸ ਸੁਸਾਇਟੀ ਵਿੱਚ ਦੀਵਾਲੀ ਮੌਕੇ ਸਮਾਗਮ ਕਰਵਾਇਆ ਗਿਆ ਲੈਫਟੀਨੈਂਟ ਜਰਨਲ ਕੇ ਜੇ ਸਿੰਘ ਪੀ ਵੀ ਐਸ ਐਮ ای ਵੀ ਐਸ ਐਮ ਸਾਫ ਦਾ ਜੀਓਸੀ ਪਛਮੀ ਕਮਾਂਡ ਨੇ ਦੀਵਾ ਚਕਾਇਆ ਇਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਵਰ ਸਖਿਆਤਾ ਤੇ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਦੱਸਿਆ ਗਿਆ ਕਿ ਦੀਵੇ ਦਾ ਵਿਆਸ 3.3 ਸੈਂਟੀਮੀਟਰ ਹੈ ਔਰ 1000 ਕਿਲੋਗ੍ਰam ਸਟੀਲ ਲੈਸ ਸਟੀਲ ਨਾਲ ਬਣਾਇਆ ਗਿਆ 3560 ਲੀਟਰ ਸਰੋਂ ਦੇ ਤੇਲ ਨਾਲ ਦੀਵਾ ਜਗਾਇਆ ਗਿਆ ਇਸ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਦੀਵਾ 2247 ਲੀਟਰ ਤੇਲ ਨਾਲ ਜਗਾਇਆ ਗਿਆ ਸੀ ਕੇਜੇ ਸਿੰਘ ਨੇ ਦੱਸਿਆ ਕਿ ਪੰਜਾਬ ਨੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਸੰਘਰਸ਼ ਦੇਖਿਆ ਹੁਣ ਇਹ ਸ਼ਾਂਤੀ ਦਾ ਸਭ ਤੋਂ ਵੱਡਾ ਪ੍ਰਤੀਕ ਸਥਾਨ ਹੈ ਅਗਸਤ ਵਿੱਚ ਨਿਊਯਾਰਕ 'ਚ ਇੱਕ ਸਹਾਇਤਕ ਸਮਾਗਮ ਵਿੱਚ ਜ਼ਖਮੀ ਹੋਏ ਸਲਮਾਨ ਰਸ਼ਦੀ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਅਤੇ ਇੱਕ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕਰੀਬ 2 ਮਹੀਨੇ ਪਹਿਲਾਂ ਸਲਮਾਨ ਰਸ਼ਦੀ ਤੇ ਹੋਏ ਹਮਲੇ ਤੋਂ ਬਾਅਦ ਉਹ ਕਿਸ ਹੱਦ ਤੱਕ ਜ਼ਖਮੀ ਹੋਇਆ ਸੀ ਇਸ ਬਾਰੇ ਉਨ੍ਹਾਂ ਦੇ ਏਜੰਟ ਨੇ ਜਾਣਕਾਰੀ ਦਿੱਤੀ ਹੈ। ਸਲਮਾਨ ਰਸ਼ਦੀ ਦੇ ਏਜੰਟ ਐਂਡਰਿਊ ਵਿਲੀ ਨੇ ਸਪੈਨਿਸ਼ ਅਖਬਾਰ ਏਲ ਪੇਸ ਨੂੰ ਦਿੱਤੇ ਇੰਟਰਵਿਊ ਵਿੱਚ ਰਸ਼ਦੀ ਤੇ ਹਮਲੇ ਅਤੇ ਸੱਟ ਬਾਰੇ ਜਾਣਕਾਰੀ ਦਿੱਤੀ। ਵਾਇਲਨੀ ਨੇ ਸਲਮਾਨ ਰਸ਼ਦੀ ਦੇ ਜ਼ਖਮਾਂ ਨੂੰ ਡੂੰਘਾ ਦੱਸਿਆ ਤੇ ਕਿਹਾ ਕਿ ਉਸ ਦੀ ਇੱਕ ਅੱਖ ਦੀ ਨਜ਼ਰ ਚਲੀ ਗਈ। ਉਹਨਾਂ ਨੇ ਦੱਸਿਆ ਕਿ ਲੇਖਕ ਦੀ ਗਰਦਨ ਤੇ ਤਿੰਨ ਗੰਭੀਰ ਜ਼ਖਮ ਸਨ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੱਥ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਹਮਲੇ 'ਚ ਉਸ ਹੱਥ ਦੀਆਂ ਨਸਾਂ ਕੱਟੀਆਂ ਗਈਆਂ ਇਸ ਕਾਰਨ ਇੱਕ ਹੱਥ ਕੰਮ ਨਹੀਂ ਕਰ ਰਿਹਾ। ਇਸ ਤੋਂ ਇਲਾਵਾ ਸਲਮਾਨ ਰਸ਼ਦੀ ਦੀ ਛਾਤੀ ਅਤੇ ਢੱਡ ਤੇ ਕਰੀਬ 15 ਥਾਵਾਂ ਤੇ ਜ਼ਖਮ ਨੇ ਹਾਲਾਂਕਿ ਏਜੰਟ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਸਲਮਾਨ ਰਸ਼ਦੀ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਹਸਪਤਾਲ ਵਿੱਚ ਦਾਖਲ ਸਨ ਦੱਸਦੇ ਕਿ ਅਗਸਤ ਵਿੱਚ ਸਲਮਾਨ ਰਸ਼ਦੀ ਤੇ ਇੱਕ ਸਹਾਇਤਕ ਸਮਾਗਮ ਦੌਰਾਨ ਹਮਲਾ ਹੋਇਆ ਸੀ ਜਿਸ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹਮਲੇ ਦੌਰਾਨ ਉਸਦੇ ਹੱਥ, ਛਾਤੀ ਅਤੇ ਅੱਖ ਤੇ ਗੰਭੀਰ ਸੱਟਾਂ ਲੱਗੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਪਖਾਨਿਆਂ ਚੋਂ ਖਾਲੀ ਸਰਿੰਜਾਂ ਤੇ ਤਾਕਤ ਵਿਦਾਊ ਟੀਕਿਆਂ ਦੀਆਂ ਖਾਲੀ ਸ਼ੀਸ਼ੀਆਂ ਮਿਲਣ ਦੇ ਮਾਮਲੇ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਸ਼ਖਸੀ ਸਾਨੀ ਨੇ ਗੰਭੀਰਤਾ ਨਾਲ ਲਿਆ ਇਸ ਸਬੰਧੀ ਡਿਪਟੀ ਕਮਿਸ਼ਨਰ ਸਾਨੀ ਵੱਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਕੜੀ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ ਵੱਖ-ਵੱਖਾਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੀ ਨਿਗਰਾਨੀ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਕੀਤੀ ਗਈ ਖੇਡ ਮੈਦਾਨ ਸਾਹਮਣੇ ਬਣੇ ਪਖਾਨਿਆਂ 'ਚ ਖਾਲੀ ਟੀਕੇ ਤੇ ਸਰਿੰਜਾਂ ਵੀ ਮਿਲੀਆਂ ਸਨ ਬੁੱਧਵਾਰ ਦੀ ਸਵੇਰ ਜਦੋਂ ਇਹ ਪੱਤਰਕਾਰਾਂ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤਾਂ ਲੜਕਿਆਂ ਲਈ ਬਣੇ ਦੋ ਪਖਾਨਿਆਂ ਦੇ ਵਿੱਚ ਖਾਲੀ ਟੀਕੇ ਸਰਿੰਜਾਂ ਤੇ ਗੋਲੀਆਂ ਦੇ ਪੱਤੇ ਵੀ ਪਾਈ ਬਿਲੇ ਏਟੀਕੇ ਤਾਕਤ ਬਿਨਾਂ ਟੀਕੇ ਨੇ ਜਿਨ੍ਹਾਂ ਨੂੰ ਖੇਡ ਜਗਤ ਦੇ ਡੋਪ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੂਜੇ ਪਾਸੇ ਖੇਡ ਵਿਭਾਗ ਦੇ ਪੰਜਾਬੀ ਯੂਨੀਵਰਸਿਟੀਆਂ ਤੋਂ ਅਣਜਾਣ ਰਹੇ ਇਹ ਮਾਮਲਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਦੇ ਧਿਆਨ ਚ ਆਇਆ ਡਿਪਟੀ ਕਮਿਸ਼ਨਰ ਵੱਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੱਤਰ ਜਾਰੀ ਕੀਤਾ ਗਿਆ ਜਿਸ ਤਹਿਤ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੰਬੰਧਤ ਵਿਭਾਗ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਕੀਤੇ ਵੀ ਡੋਪ ਟੈਸਟਿੰਗ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਕੁਝ ਖਿਡਾਰੀਆਂ ਵੱਲੋਂ ਵੇਖ ਹੌਫ ਹੋ ਕੇ ਡੋਪ ਦਾ ਇਸਤੇਮਾਲ ਕੀਤਾ ਗਿਆ। ਚੋਨੇ ਦੀ ਵਾਢੀ ਦੇ ਨਾਲ ਹੀ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਕਾਰਨ ਪੰਜਾਬ ਦੀ ਹਵਾ ਜ਼ਹਿਰੀ ਹੋ ਗਈ ਹੈ। ਚੋਨੇ ਦੀ ਵਾਢੀ ਤੋਂ ਬਾਅਦ ਖੇਤਾਂ 'ਚ ਸਾੜੀ ਜਾ ਰਹੀ ਪਰਾਲੀ ਦੀ ਨਿਰੰਥ ਖੁੰਦ ਤੇ ਦੁਸਹਿਰੇ ਦੇ ਤਿਹਾਰ ਮੌਕੇ ਸਾੜੇ ਗਏ 라ਵਣ ਮੇਗਨਾਦ ਤੇ ਕੁੰਮ ਕਰਨ ਦੇ ਪੁਤਲਿਆਂ 'ਚ ਚੱਲੇ ਪਟਾਕਿਆਂ ਕਾਰਨ ਹਵਾ ਦਾ ਪ੍ਰਦੂਸ਼ਣ ਵੱਧ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਹਾਸਲ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਕਿ 1 ਅਕਤੂਬਰ ਨੂੰ ਝੋਨੇ ਦੀ ਵਾਢੀ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਅੰਦਰ ਖੇਤਾਂ 'ਚ ਪਰਾਲੀ ਦੀ ਰਹਿਤਕੂਂਦ ਸਾੜਨ ਦੇ ਮਾਮਲੇ ਵੀ ਆਉਣੇ ਸ਼ੁਰੂ ਹੋ ਗਏ ਨੇ। ਪਰਾਲੀ ਦੇ ਧੂਏ ਕਾਰਨ ਜ਼ਹਿਰੀਲੀਆਂ ਗੈਸਾਂ ਹਵਾ 'ਚ ਰਲਣ ਨਾਲ ਵਾਤਾਵਰਣ ਪ੍ਰਦੂਸ਼ਣ ਸ਼ੁਰੂ ਹੋ ਗਿਆ ਜੋ ਦੂਸਰੇ ਮੌਕੇ ਚੱਲੇ ਪਟਾਕਿਆਂ ਕਾਰਨ ਹੋਰ ਵਧੇਰੇ ਪ੍ਰਦੂਸ਼ਿਤ ਹੋ ਗਿਆ ਸੀ। ਅੰਕੜਿਆਂ ਦੇ ਮੁਤਾਬਕ 1 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਪੰਜਾਬ ਦੇ ਪ੍ਰਮੁੱਖ 6 ਸ਼ਹਿਰਾਂ ਜਿਨ੍ਹਾਂ ਚੰਮਰਤਾਰ ਲੁਧਿਆਣਾ ਮੰਡੀ ਗੋਬਿੰਦਗੜ ਪਟਿਆਲਾ ਜਲੰਧਰ ਤੇ ਖੰਨਾ ਸ਼ਾਮਲ ਨੇ ਦੀ ਹਵਾ ਦਾ ਗੁਣਵੱਤਾ ਪੱਧਰ ਜੋ ਕਿ ਆਮ ਵਰਗਾ ਸੀ ਹੌਲੀ-ਹੌਲੀ ਵੱਧ ਕੇ 100 ਤੋਂ ਟੱਪ ਗਿਆ ਅਤੇ ਕੁਝ ਦਿਨਾਂ ਦੌਰਾਨ ਕਈ ਸ਼ਹਿਰਾਂ 'ਚ 1.5 ਤੋਂ ਵੀ ਵੱਧ ਹੋ ਗਿਆ ਜੋ ਕਿ ਸਿਹਤ ਲਈ ਹਾਨੀਕਾਰਕ ਮੰਨਿਆ ਜਾ ਰਿਹਾ ਹੈ 24 ਅਕਤੂਬਰ ਨੂੰ ਦੀਵਾਲੀ ਦੇ ਤਿਹਾਰ ਮੌਕੇ ਟੰਨਾ ਦੇ ਹਿਸਾਬ ਨਾਲ ਪਟਾਕੇ ਚੱਲੇ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਹੋਰ ਵੀ ਵਧਣ ਦੀ ਸੰਭਾਵਨਾ ਹੋ ਗਈ ਸੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮਤਾਬਕ 19 ਅਕਤੂਬਰ ਨੂੰ ਮahanagar Ludhiana ਸਭ ਤੋਂ ਵਧੇਰੇ ਪ੍ਰਦੂਸ਼ਿਤ ਰਹਾ ਇਸ ਦਿਨ ਲੁਧਿਆਣਾ ਦਾ AQI 198 ਰਿਹਾ ਜੋ ਕਿ ਅਤ ਖਤਰਨਾਕ ਮੰਨਿਆ ਜਾਂਦਾ ਹੈ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਦੇ 37 ਘਾਟਾਂ ਤੇ 15,76,000 ਦੀਵੇ ਜਗਾਉਣ ਦਾ ਨਵਾਂ ਰਿਕਾਰਡ ਬਣਾਇਆ ਗਿਆ। ਸੀਐਮ ਯੋਗੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਇਸ ਰਿਕਾਰਡ ਦਾ ਸਰਟੀਫਿਕੇਟ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਯੂ ਦੀਪੂਜਾ ਕਰਕੇ ਆਰਤੀ ਕੀਤੀ। ਉਹਨਾਂ ਰਾਮ ਕੀ ਪੈੜੀ ਵਿਖੇ ਲੇਜ਼ਰ ਸ਼ੋਅ ਰਾਹੀਂ ਹੋਈ ਰਾਮ ਕਥਾ ਦੇਖੀ। ਇਸ ਤੋਂ ਬਾਅਦ ਡਿਜੀਟਲ ਆਤਿਸ਼ਬਾਜ਼ੀ ਦਾ ਨਜ਼ਾਰਾ ਲਿਆ। ਇਸ ਤੋਂ ਪਹਿਲਾਂ ਪੀਐਮ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ। ਭਗਵਾਨ ਰਾਮ ਨੂੰ ਤਿਲਕ ਲਗਾ ਕੇ ਉਹਨਾਂ ਦਾ ਰਾਜ ਅਭਿਸ਼ੇਕ ਕੀਤਾ। ਪੂਰੇ ਸ਼ਹਿਰ ਦੇ ਮੰਦਰ ਦੀ ਗੱਲ ਕਰੀਏ ਤਾਂ 50 ਲੱਖ ਦੇ ਕਰੀਬ ਦੀਵੇ ਜਗਾਏ ਗਏ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਅਯੁੱਧਿਆ ਦੀ ਦੀਵਾਲੀ ਬਹੁਤ ਹੀ ਮਕਬੂਲ ਮੰਨੀ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ। ਪੂਰੀ ਦੁਨੀਆ ਵਿੱਚ ਅੱਤਵਾਦੀ ਹਮਲਿਆਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਅੱਤਵਾਦੀ ਹਮਲਿਆਂ ਦੀਆਂ ਖਬਰਾਂ ਕਾਰਨ ਲੋਕਾਂ ਵਿੱਚ ਚਿੰਤਾ ਵਧ ਰਹੀ ਹੈ ਅਜਿਹੇ 'ਚ ਹੁਣ ਇੱਕ ਹੋਰ ਮਾਮਲਾ ਸੋਮਾਲੀਆ ਦੇ ਬੰਦਰਗਾਹ ਸ਼ਹਿਰ ਕਿਸਮਾਇਓ ਤੋਂ ਸਾਹਮਣੇ ਆਇਆ ਜਿੱਥੇ ਇੱਕ ਹੋਟਲ ਤੇ ਹੋਏ ਅੱਤਵਾਦੀ ਹਮਲੇ 'ਚ 9 ਨਾਗਰਿਕਾਂ ਦੀ ਮੌਤ ਹੋ ਗਈ ਜਦਕਿ 47 ਲੋਕ ਗੰਭੀਰ ਜ਼ਖਮੀ ਹੋ ਗਏ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੁਰੱਖਿਆ ਮੰਤਰੀ ਯੂਸਫ ਹੁਸੈਨ ਤੁਮਲ ਨੇ ਦੱਸਿਆ ਕਿਸੁਰੱਖਿਆ ਅਧਿਕਾਰੀਆਂ ਨੇ ਤਿੰਨ ਹਮਲਾਵਾਰਾਂ ਨੂੰ ਮਾਰ ਮੁਕਾਇਆ ਅਤੇ ਚੌਥੇ ਦਿਵਾਂ ਬੰਬ ਧਮਾਕੇ 'ਚ ਮੌਤ ਹੋ ਗਈ। ਇਸ ਧਮਾਕੇ 'ਚ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਸਮੇਤ ਜਿੰਦ ਤੱਕ ਖਬਰ ਲਿਖੀ ਗਈ ਸੀ ਉਦੋਂ ਤੱਕ 9 ਲੋਕਾਂ ਦੀ ਮੌਤ ਹੋ ਗਈ ਸੀ ਅਤੇ 47 ਜ਼ਖਮੀ ਹੋਏ ਸਨ ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਵੀ ਬਣੀ ਹੋਈ ਹੈ। ਇਹ ਹੋਟਲ ਸਰਕਾਰੀ ਅਧਿਕਾਰੀਆਂ ਦੀ ਬੈਠਕ ਦੇ ਤੌਰ ਤੇ ਕਾਫੀ ਮਸ਼ਹੂਰ ਹੈ। ਹਾਲਾਂਕਿ ਪੁਲਿਸ ਅਧਿਕਾਰੀ ਅਬਦੁੱਲਾਹੀ ਇਸਮਲਾਈ ਨੇ ਕਹਿਣਾ ਹੈ ਕਿ ਇਹ ਸਰਕਾਰ ਦਾ ਨਿਸ਼ਾਨਾ ਨਹੀਂ ਸੀ ਅਤੇ ਇਸ ਵਿੱਚ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਰਖਿਆ ਬਲ ਜਲਦੀ ਹੀ ਸਾਰੇ ਹਮਲਾਵਾਰਾਂ ਨੂੰ ਖਤਮ ਕਰ ਦੇਣਗੇ ਅਲ ਕਾਇਦਾ ਨਾਲ ਸੰਬੰਧ ਰੱਖਣ ਵਾਲਾ ਸੰਗਠਨ ਅਲ ਸ਼ਬਾਬ ਲਗਾਤਾਰ ਸੋਮਾਲੀਆ ਵਿੱਚ ਹਮਲੇ ਕਰਦਾ ਹੈ ਇਸ ਤੋਂ ਪਹਿਲਾਂ ਸੋਮਾਲੀਆ ਦੀ ਰਾਜਧਾਨੀ ਮੋਗਾ ਦੀਸ਼ੂ ਵਿੱਚ ਅਲ ਸ਼ਬਾਬ ਦੇ ਅਤਵਾਦੀਆਂ ਨੇ ਹਾਇਤ ਹੋਟਲ ਤੇ ਹਮਲਾ ਕੀਤਾ ਸੀ ਇਸ ਹਮਲੇ ਵਿੱਚ 40 ਲੋਕ ਮਾਰੇ ਗਏ ਸਨ ਅਤੇ 70 ਤੋਂ ਵੱਧ ਜ਼ਖਮੀ ਹੋਏ ਸਨ ਅਲਸ਼ਬਾਬ ਨੇ ਪਿਛਲੇ ਦਿਨੀ ਮੋਗਾ ਦਿਸ਼ੂ ਸ਼ਹਿਰ ਵਿੱਚ ਕਈ ਭਿਆਨਕ ਧਮਾਕੇ ਕੀਤੇ ਅੱਤਵਾਦੀ ਸੰਗਠਨ ਅਲਸ਼ਬਾਬ ਦੀ ਸਥਾਪਨਾ 2006 ਵਿੱਚ ਹੋਈ ਸੀ ਅਲਸ਼ਬਾਬ ਅੱਤਵਾਦੀ ਸਮੂਹ ਅਲ ਕਾਇਦਾ ਨਾਲ ਜੁੜਿਆ ਹੋਇਆ ਹੈ ਜੋ ਸੋਮਾਲੀਆ ਦੀ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਕਰ ਰਿਹਾ ਹੈ ਸਰਕਾਰ ਕੋਲ ਸੂਚਨਾ ਟੈਕਨੋਲੋਜੀ ਨਿਯਮਾਂ ਤਹਿਤ ਭੇਜੀ ਜਾ ਰਹੀ ਮਹੀਨਾਵਾਰ ਰਿਪੋਰਟ ਦੇ ਮੁਤਾਬਕ ਵਟਸਐਪ ਦੇ ਕਰੀਬ 88000 ਖਾਤੇ ਰੋਜ਼ ਪਾਬੰਦੀ ਦੇ ਦਾਇਰੇ ਵਿੱਚ ਆ ਰਹੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਰੈਗੂਲੇਟ ਕਰਨ ਲਈ ਬਣਾਏ ਗਏ ਨਿਯਮਾਂ ਦੇ ਅਮਲ ਵਿੱਚ ਆਉਣ ਤੋਂ ਬਾਅਦ ਖਾਤਿਆਂ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਪਾਬੰਦੀ ਦੇ ਦਾਇਰੇ ਵਿੱਚ ਲੈਣਾ ਹੁੰਦਾ ਹੈ WhatsApp ਦੀਆਂ ਰਿਪੋਰਟਾਂ ਦੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮਈ 2021 ਤੋਂ ਅਗਸਤ 2022 ਤੱਕ ਕਰੀਬ 2.4 ਕਰੋੜ ਯੂਜ਼ਰਸ ਦੇ ਖਾਤਿਆਂ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਗਲਚਸਪ ਗੱਲ ਇਹ ਹੈ ਕਿ ਪਾਬੰਦੀ ਹਟਾਉਣ ਦੀ ਕਵਾਇਦ ਹੋਣ ਦੇ ਬਾਵਜੂਦ ਵੀ ਬਹੁਤ ਘਟ ਸ਼ਿਕਾਇਤਾਂ ਤੇ ਅਪੀਲਾਂ ਇਸ ਸੋਸ਼ਲ ਮੀਡੀਆ ਦੀ ਇੰਟਰਮੀਡੀਏਟਰੀ ਕੋਲ ਪਹੁੰਚ ਰਹੀਆਂ ਨੇ ਮਸਲਨ 15 ਮਈ ਤੋਂ 15 ਜੂਨ 2021 ਦੀ ਪਹਿਲੀ ਰਿਪੋਰਟ ਦੇ ਮੁਤਾਬਕ 2111000 ਤੋਂ ਜ਼ਿਆਦਾ ਖਾਤਿਆਂ ਤੇ ਪਾਬੰਦੀ ਲਗਾਈ ਗਈ ਪਾਬੰਦੀ ਹਟਾਉਣ ਲਈ ਕੇਵਲ 204 ਅਪੀਲਾਂ ਹੀ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 63 ਨੂੰ ਕਾਰਵਾਈ ਦੇ ਕਾਬਿਲ ਸਮਝਿਆ ਗਿਆ ਆਈਟੀ ਨਿਯਮਾਂ ਤਹਿਤ ਜਮ੍ਹਾਂ ਕੀਤੀ ਗਈ ਤਾਜ਼ਾ ਰਿਪੋਰਟ ਨੂੰ ਦੇਖਿਆ ਜਾਵੇ ਤਾਂ 1 ਅਗਸਤ ਤੋਂ 31 ਅਗਸਤ 2022 ਤੱਕ 23 ਲੱਖ 28 ਹਜ਼ਾਰ ਖਾਤਿਆਂ ਤੇ ਪਾਬੰਦੀ ਲਗਾਈ ਗਈ। ਇਹਨਾਂ ਵਿੱਚ 10 ਲੱਖ 8 ਹਜ਼ਾਰ ਖਾਤੇ ਅਜਿਹੇ ਸਨ ਜਿਨ੍ਹਾਂ ਤੇ WhatsApp ਨੇ ਪਾਬੰਦੀ ਬਗੈਰ ਕਿਸੇ ਸ਼ਿਕਾਇਤ ਪ੍ਰਾਪਤ ਤੋਂ ਲਗਾਈ ਸੀ। ਇਹ 트ੈਂਡ ਜਨਵਰੀ ਤੋਂ ਲੈ ਕੇ ਅਗਸਤ ਤੱਕ ਲਗਾਤਾਰ ਦੇਖਣ ਵਿੱਚ ਆ ਰਿਹਾ ਹੈ। ਕင်ਗਿਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦੇ ਇੱਕ ਸਹਿਯੋਗੀ ਦੇ ਅਨੁਸਾਰ ਜੁਲਾਈ ਦੇ ਅੱਧ ਵਿੱਚ ਦੇਸ਼ ਵਿੱਚ ਲਾਪਤਾ ਹੋਏ ਦੋ ਭਾਰਤੀ ਤਕਨੀਕੀ ਮਾਹਿਰਾਂ ਨੂੰ ਰਾਜ ਪੁਲਿਸ ਦੀ ਇੱਕ ਵਿਸ਼ੇਸ਼ ਯੂਨਿਟ ਦੁਆਰਾ ਮਾਰ ਦਿੱਤਾ ਗਿਆ ਸੀ। ਬਾਲਾਜੀ ਟੈਲੀਫਿਲਮਜ਼ ਦੇ ਸਾਬਕਾ ਸੀਈਓ ਜ਼ੁਲਫিকার ਖਾਨ ਅਤੇ ਇੱਕ ਹੋਰ ਭਾਰਤੀ ਨਾਗਰਿਕ ਮੁਹੰਮਦ ਜ਼ੈਦ ਸਾਮੀ ਕਿ ਦੋਵੇਂ 2 ਮਹੀਨੇ ਪਹਿਲਾਂ ਨੈਰੋਬੀ ਵਿੱਚ ਇੱਕ ਅਮੀਰ ਰਿਹਾਇਸ਼ੀ ਇਲਾਕੇ ਵਿੱਚ ਇੱਕ ਪ੍ਰਸਿੱਧ ਕਲੱਬ ਛੱਡਣ ਤੋਂ ਬਾਅਦ ਲਾਪਤਾ ਹੋ ਗਏ ਸਨ। ਖਾਨ ਅਤੇ ਕਿ ਦਵੇਈ ਦੋਵੇਂ ਰਾਸ਼ਟਰਪਤੀ ਵਿਲੀਅਮ ਰੂਟੋ ਦੀ ਚੋਣ ਮਹਿਮ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਟੀਮ ਵਿੱਚ ਸ਼ਾਮਲ ਹੋਣ ਲਈ ਕਿੰਨਿਆਂ ਵਿੱਚ ਸਨ ਰੂਟੋ ਦੇ ਸਹਿਯੋਗੀ ਡੈਨਿਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਜ਼ੈਦ ਅਤੇ ਅਹਿਮਦ ਸਰਫ ਚੰਗੇ ਲੋਕ ਸਨ ਜੋ ਉਸਦੇ ਦੋਸਤ ਬਣ ਗਏ ਅਤੇ ਇਸ ਪ੍ਰਕਿਰਿਆ ਵਿੱਚ ਉਸਦੀ ਟੀਮ ਦੇ ਕੁਝ ਲੋਕਾਂ ਨਾਲ ਜੁੜੇ ਹੋਏ ਸਨ ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਅਗਵਾ ਕੀਤੇ ਸਥਾਨ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਗਈ ਸੀ ਜਾਂਚ ਵਿੱਚ ਮਦਦ ਲਈ ਸਥਾਨਕ ਜਸੂਸਾਂ ਦੇ ਇੱਕ ਸਮੂਹ ਦਾ ਵੀ ਸਹਿਯੋਗ ਲਿਆ ਗਿਆ ਸੀ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਤਵਾਰ ਨੂੰ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ। ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਤੋਂ ਇਹ ਕਹਿ ਕੇ ਹਟ ਗਏ ਕਿ ਅਗਲੇ ਪੜਾਅ ਤੇ ਜਾਣ ਲਈ ਉਨ੍ਹਾਂ ਕੋਲ ਕਾਫੀ ਸੰਸਦ ਮੈਂਬਰਾਂ ਦਾ ਸਮਰਥਨ ਹੈ ਪਰ ਉਹ ਸਾਬਕਾ ਵਿੱਤ ਮੰਤਰੀ ਰਿਸ਼ੀ ਸੁੰਗ ਦੇ ਪਿੱਛੇ ਨੇ। ਜੌਨ ਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਕੱਲ ਦੀ ਬਹੁਤ ਚੰਗੀ ਸੰਭਾਵਨਾ ਹੈ ਕਿ ਮੈਂ ਕੰਜ਼ਰਵਟਿਵ ਪਾਰਟੀ ਦੇ ਮੈਂਬਰਾਂ ਨਾਲ ਚੋਣ ਵਿੱਚ ਕਾਮਯਾਬ ਹੋਵਾਂਗਾ ਪਰ ਅਜਿਹਾ ਕਰਨਾ ਸਹੀ ਗੱਲ ਨਹੀਂ ਹੋਏਗੀ ਕਿਉਂਕਿ ਸੋਨਕ ਨੂੰ ਵਡੇਰੇ ਸਮਰਥਨ ਪ੍ਰਾਪਤ ਹੈ ਬ੍ਰਿਟੇਨ ਦੇ ਸਾਬਕਾ ਮਰਦ ਮੰਤਰੀ ਬਾਰਿਸ ਚੌਂਸਨ ਨੇ ਐਤਵਾਰ ਨੂੰ ਇੱਕ ਹੈਰਾਨੀਜਨਕ ਕਦਮ ਵਿੱਚ ਐਲਾਨ ਕੀਤਾ ਕਿ ਉਹ ਕੰਜ਼ਰਵਟਿਵ ਪਾਰਟੀ ਦੀ ਅਗਵਾਈ ਲਈ ਚੋਣ ਨਹੀਂ ਲੜਨਗੇ ਕਿਉਂਕਿ ਸਭ ਤੋਂ ਅੱਗੇ ਰਿਸ਼ੀ ਸੋਨਕ ਬ੍ਰਿਟੇਨ ਦੇ ਪਹਿਲੇ ਭਾਰਤੀ ਬੋਲਦੇ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਨੇੜੇ ਆ ਗਏ ਨੇ ਪਰ ਸਾਬਕਾ 55 ਸਾਲਾ ਆਗੂ ਨੇ ਦਾਵਾ ਕੀਤਾ ਹੈ ਕਿ ਉਹ 100 ਸੰਜਨ ਮੈਂਬਰਾਂ ਦੀ ਸੀਮਾ ਨੂੰ ਪਾਰ ਕਰ ਚੁੱਕੇ ਨੇ ਪਰ ਟੋਰੀ ਏਕਤਾ ਦੇ ਹਿੱਤ ਵਿੱਚ ਜੌਨਸਨ ਨੇ ਕਿਹਾ ਕਿ ਮੇਰੇ ਕੋਲ ਦੇਣ ਲਈ ਬਹੁਤ ਕੁਝ ਹੈ ਪਰ ਮੈਨੂੰ ਡਰ ਹੈ ਕਿ ਸਹੀ ਸਮਾਂ ਨਹੀਂ ਹੈ ਉਹਨਾਂ ਨੇ ਕਿਹਾ ਮੈਂ ਰੀਸ਼ੀ ਅਤੇ ਪੈਨੀ ਦੋਆ ਨਾਲ ਸੰਪਰਕ ਕੀਤਾ ਸੀ ਕਿਉਂਕਿ ਮੈਨੂੰ ਉਮੀਦ ਸੀ ਕਿ ਅਸੀਂ ਰਾਸ਼ਟਰੀ ਹਿੱਤ ਵਿੱਚ ਇਕੱਠੇ ਹੋ ਸਕਦੇ ਹਾਂ ਬ੍ਰਿਟੇਨ ਦੀ ਕੁਈਨ ਕੈਂਮੇਲਾ ਆਪਣੇ ਪਹਿਲੇ ਵਿਦੇਸ਼ੀ ਦੌਰੇ ਤੇ ਬੰਗਲੂਰੂ ਦੇ ਟੋਨੀ ਹੋਲਿਸਟਿਕ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਪਹੁੰਚੀ। ਇਸ ਦੌਰਾਨ ਉਹਨਾਂ ਨਾਲ ਰਾਜਾ ਚਾਰਲਸ ਤੀਜਾ ਵੀ ਮੌਜੂਦ ਸਨ। ਮਹਾਰਾਣੀ ਕੈਂਮੇਲਾ ਨੇ ਬ੍ਰਿਟਿਸ਼ 에ਅਰਵੇਜ਼ ਦੀ ਉਡਾਣ ਤੇ ਯਾਤਰਾ ਕੀਤੀ ਅਤੇ ਵੀਰਵਾਰ ਨੂੰ ਬੰਗਲੂਰੂ ਦੇ ਕੈਂਪੇ ਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ। ਉਹਨਾਂ ਦੇ 10 ਦਿਨਾਂ ਦੇ ਨਿੱਜੀ ਦੌਰੇ ਦੌਰਾਨ ਹੌਲਿਸਟਿਕ ਥੈਰੇਪੀ ਨਾਲ ਇਲਾਜ ਕੀਤਾ ਜਾਏਗਾ ਆ ਪੁਲਿਸ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਪੁਲਿਸ ਅਤੇ ਹਵਾਈ ਅੱਡੇ ਦੇ ਸੂਤਰਾਂ ਦੇ ਮੁਤਾਬਕ ਕਿੰਗ ਚਾਰਲਸ ਤੀਜੇ ਦੀ ਪਤਨੀ 75 ਸਾਲਾ ਕੈਮਲਾ ਆਪਣੇ ਦੋਸਤਾਂ ਨਾਲ ਇੱਥੇ ਪਹੁੰਚੀ ਸੀ ਇਸ ਦੌਰਾਨ ਉਹਨਾਂ ਦੀ ਸੁਰੱਖਿਆ 'ਚ ਰਾਇਲ ਪ੍ਰੋਟੈਕਸ਼ਨਸ ਕੋਆਡ ਦੇ ਕਈ ਮੈਂਬਰ ਮੌਜੂਦ ਸਨ ਹਾਲਾਂਕਿ ਅਧਿਕਾਰੀਆਂ ਨੇ ਉਹਨਾਂ ਦੇ ਦੌਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੂਤਰਾਂ ਨੇ ਦੱਸਿਆ ਕਿ ਬ੍ਰਿਟੇਨ ਦੀ ਕੁਈਨ ਦਾ ਕਰੀਬ 10 ਦਿਨ ਇਲਾਜ ਹੋਣਾ ਹੈ ਪੁਲਿਸ ਸੂਤਰਾਂ ਨੇ ਦੱਸਿਆ ਕਿ ਕੁਈਨ ਦੀ ਬਰਤਾਨੀਆਂ ਫੇਰੀ ਨੂੰ ਜਨਤਕ ਨਾ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿਉਂਕਿ ਇਹ ਉਹਨਾਂ ਦਾ ਨਿੱਜੀ ਦੌਰ ਹੈ। 사우디 ערਬ ਦੇ ਪ੍ਰਧਾਨ ਮੰਤਰੀ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿੰਤ ਸੁਲਮਾਨ ਦੇ ਅਗਲੇ ਮਹੀਨੇ ਭਾਰਤ ਆਉਣ ਦੀ ਸੰਭਾਵਨਾ ਹੈ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਕਿ 사우디 ਕ੍ਰਾਊਨ ਪ੍ਰਿੰਸ ਦੇ 14 ਨਵੰਬਰ ਨੂੰ ਬਾਲੀਚ G20 ਦਾ ਮੇਲਣ ਲਈ ਭਾਰਤ ਆਉਣ ਦੀ ਸੰਭਾਵਨਾ ਹੈ। ਮੁਹੰਮਦ ਬਿੰਤ ਸੁਲਮਾਨ ਨੇ ਕਿਹਾ ਕਿ ਉਹ ਮੋਦੀ ਦੇ ਸੱਦੇ ਤੇ ਭਾਰਤ ਆ ਰਹੇ ਨੇ। ਇੱਕ ਦਿਨ ਦਾ ਦੌਰਾ ਹੋਏਗਾ ਇਸ ਤੋਂ ਪਹਿਲਾਂ 사우ਦੀ ਦੇ ਊਰਜਾ ਮੰਤਰੀ ਅਬਦੁੱਲ ਅਜ਼ੀਜ਼ ਬਿਨ ਸੁਲਮਾਨ ਨੇ ਪਿਛਲੇ ਹਫਤੇ ਭਾਰਤ ਦਾ ਦੌਰਾ ਕੀਤਾ ਸੀ ਜੋ ਉਪੇਕ ਪਲੱਸ ਦੇ ਤੇਲ ਉਤਪਾਦਨ ਵਿੱਚ ਕਟੌਤੀ ਦੇ ਫੈਸਲੇ ਨਾਲ ਮੇਲ ਖਾਂਦਾ ਸੀ ਤੁਹਾਨੂੰ ਦੱਸ ਦੇ ਕਿ 사우ਦੀ ਦੇ ਸ਼ਾਸਕ ਕਿੰਗ ਸੁਲਮਾਨ ਬਿਨ ਅਬਦੁੱਲ ਅਜ਼ੀਜ਼ ਨੇ ਪਿਛਲੇ ਮਹੀਨੇ 27 ਸਤੰਬਰ ਨੂੰ ਸ਼ਾਹੀ ਫਰਮਾਨ ਜਾਰੀ ਕਰਕੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਨਿਯੁਕਤ ਕੀਤਾ ਸੀ ਰੂਸ ਦਾ ਇੱਕ ਲੜਾਕੂ ਜਹਾਜ਼ ਸਰਬੀਆ ਦੇ ਸ਼ਹਿਰ ਇਰਕੂ ਤਸਕ ਵਿੱਚ ਇੱਕ ਇਮਾਰਤ ਨਾਲ ਟਕਰਾ ਗਿਆ ਜਿਸ ਕਾਰਨ ਦੋ ਪਾਇਲਟਾਂ ਦੀ ਮੌਤ ਹੋ ਗਈ ਟੈਲੀਗ੍ਰਾਮ ਤੇ ਇੱਕ ਪੋਸਟ ਵਿੱਚ ਇਰਕੂ ਤਸਕ ਦੇ ਗਵਰਨਰ ਇਗੋਰ ਨੇ ਕਿਹਾ ਕਿ ਜਹਾਜ਼ ਸ਼ਹਿਰ ਵਿੱਚ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ ਇਸ ਸਬੰਧੀ ਉਹਨਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਪਾਇਲਟ ਤੋਂ ਇਲਾਵਾ ਹੋਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰੀ ਦੇ ਅਨੁਸਾਰ ਇਹ ਸੁਖੋਈ-ਸੂਤੀ ਲੜਾਕੂ ਜਹਾਜ਼ ਪਰੀਖਣ ਉਡਾਣ ਤੇ ਸੀ ਜ਼ਿਕਰ ਹੋਇਆ ਕਿ ਪਿਛਲੇ 6 ਦਿਨਾਂ ਵਿੱਚ ਇਹ ਦੂਜਾ ਅਜੀਹਾ ਹਾਦਸਾ ਹੈ ਉਸਦੀ ਰਾਜ ਜਾਂਚ ਕਮੇਟੀ ਨੇ ਕਿਹਾ ਕਿ ਉਹਨਾਂ ਨੇ ਹਵਾਈ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਡੇਰਾ ਸੱਚਾ ਸੌਦਾ ਦੀ ਗੱਦੀ ਹਨੀਪ੍ਰੀਤ ਨੂੰ ਸੌਂਪਣ ਦੀਆਂ ਚਰਚਾਵਾਂ ਵਿਚਾਲੇ ਰਾਮ ਰਹੀਮ ਭੜਕ ਗਿਆ। ਐਤਵਾਰ ਨੂੰ ਸਤਸੰਗ ਦੌਰਾਨ ਰਾਮ ਰਹੀਮ ਨੇ ਕਿਹਾ ਕਿ ਅਸੀਂ ਗੁਰੂ ਸੀਅਤੇ ਰਹਾਂਗੇ। ਇਸ ਦੌਰਾਨ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਫਿਰ ਤੋਂ ਪ੍ਰਮੋਟ ਕੀਤਾ। ਰਾਮ ਰਹੀਮ ਨੇ ਹਨੀਪ੍ਰੀਤ ਨੂੰ ਰੂਹ ਦੀ ਦਾ ਨਵਾਂ ਨਾਂ ਦਿੱਤਾ ਹੈ ਜਾਨਕੀ ਰੋਹਾਨੀ ਦੀਦੀ ਹਨੀਪ੍ਰੀਤ ਨੂੰ ਰਾਮ ਰਹੀਮ ਦੇ ਸਤਸੰਗ ਚ ਲਗਾਤਾਰ ਬ੍ਰਾਂਡ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਰਾਮ ਰਹੀਮ ਡੇਰੇ ਦੀ ਗੱਦੀ ਹਨੀਪ੍ਰੀਤ ਨੂੰ ਸੌਂਪ ਸਕਦਾ ਹੈ ਰਾਮ ਰਹੀਮ ਨੇ ਕਿਹਾ ਕਿ ਅਸੀਂ ਕਿੰਨੇ ਵਾਰ ਇੰਨੇ ਅੱਖਰਾਂ ਵਿੱਚ ਲਿਖਿਆ ਹੈ ਕਿ ਅਸੀਂ ਗੁਰੂ ਅਸੀਂ ਸੀ ਅਸੀਂ ਹਾਂ ਤੇ ਅਸੀਂ ਰਹਾਂਗੇ 100% 1000% ਮਿਲੀਅਨ% ਮਿਲੀਅਨ ਵਾਰ ਕਹੋ ਅਸੀਂ ਹਾਂ ਅਸੀਂ ਸੀ ਅਤੇ ਅਸੀਂ ਰਹਾਂਗੇ ਪਤਾ ਨਹੀਂ ਕਿ ਖਾਂ ਜੁੱਟਦੀ ਐ ਤੇ ਕੁਝ ਦਿਨਾਂ ਬਾਅਦ ਫਿਰ ਸ਼ੁਰੂ ਹੋ ਜਾਂਦੇ ਨੇ ਸੂਤਰਾਂ ਤੋਂ ਪਤਾ ਲੱਗਿਆ ਕਿ ਅੱਜ ਤੱਕ ਨਹੀਂ ਮਿਲੇ ਕਿੱਥੇ ਰਹਿੰਦਾ ਹਾਂ ਇਹ ਸੂਤਰਾਂ ਦਾ ਪ੍ਰਾਣੀ ਇਹ ਅਣ ਪਛਾਤੇ ਸੂਤਰ ਹੁੰਦੇ ਕੀ ਨੇ ਕਿੰਨਾ ਕਮਾਲ ਹੈ ਕਿ ਬਸ ਲਿਖਣਾ ਹੈ ਕਿ ਸੂਤਰਾਂ ਤੋਂ RAM REEM ਢੜਕ ਕੇ ਕਹਿ ਰਿਹਾ ਹੈ ਕਿ ਬੁਰਾ ਨਾ ਮੰਨਿਓ ਸਾਡੇ ਭਰਾਵੋ ਕਿਉਂਕਿ ਮੂਹੋਂ ਨਿਕਲ ਜਾਂਦੀ ਐ ਅਸੀਂ ਤੁਹਾਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਪਰ ਇਹ ਕੀ ਅਸੀਂ ਤੁਹਾਨੂੰ ਚਿੱਠੀਆਂ ਵਿੱਚ ਲਿਖ ਦਿੱਤਾ ਤੇ ਅੱਜ ਫੇਰ ਬੋਲ ਦਿੱਤਾ ਕਿ ਲੱਖਾਂ ਬਾਾਰ ਕਹਿਲਵਾ ਲਓ ਕਿ ਅਸੀਂ ਹਾਂ ਅਸੀਂ ਹੀ ਰਹਾਂਗੇ ਇਹ ਸਾਰੀਆਂ ਗੱਲਾਂ ਰਾਮ ਰਹੀਮ ਨੇ ਕਹੀਆਂ ਨੇ ਉਹ ਅੱਗੇ ਕਹਿੰਦਾ ਹੈ ਕਿ ਅਸੀਂ ਪਿਛਲੀ ਵਾਰ ਹੀ ਆਪਣੀ ਸਾਥ ਸੰਗਤ ਨੂੰ ਇਹ ਸੋਚ ਚਕਾਈ ਸੀ ਕਿ ਗੁਰੂ ਦੇ ਬਰਾਬਰ ਸਮਝਣਾ ਆਪਣੀ ਆਸ਼ਕੀ ਨੂੰ ਬੇਅੰਤਿਹਾ ਦਾਗ ਲਗਾਉਣਾ ਇਹਨਾਂ ਬੱਚਿਆਂ ਨੇ ਸਾਨੂੰ ਤੋਹਫਾ ਦਿੱਤਾ ਹੈ ਅਸੀਂ ਆਪਣੇ ਗੁਰੂ ਤੇ 100% ਦੀ ਭਰੋਸਾ ਰੱਖਾਂਗੇ ਅਤੇ ਕਿਸੇ ਨੂੰ ਵੀ ਆਪਣੇ बराबर ਨਹੀਂ ਸਮਝਾਂਗੇ ਦੇਖੋ ਸਾਰਿਆਂ ਦੇ ਹੱਥ ਜੋੜ ਖੜੇ ਨੇ ਅਸੀਂ ਤੁਹਾਨੂੰ ਇਹ ਤੋਹਫਾ ਦਿੱਤਾ ਕਿਸੇ ਨੂੰ ਗੁਰੂ ਦੇ ਬਰਾਬਰ ਨਾ ਸਮਝੋ ਅਸੀਂ ਆਪਣੀ ਧੀ ਨੂੰ ਇੱਕ ਨਾਮ ਦਿੱਤਾ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਪੂਰਾ ਜ਼ੋਰ ਲਾ ਰਹੀ ਹੈ ਕਿਸਾਨਾਂ ਨੂੰ ਇਸ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਪਰ ਇਸ ਦੇ باوجود ਰਾਸ਼ ਦੇ ਕਈ ਹਿੱਸਿਆਂ ਵਿੱਚ ਕਿਸਾਨਾਂ ਦੇ ਪ੍ਰਾਲੀ ਝਾੜਨ ਦੀਆਂ ਖਬਰਾਂ ਆ ਰਹੀਆਂ ਨੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਨਵੀਂ ਪਹਿਲ ਕਰਦੇ ਹੋਏ ਝੋਨੇ ਦੀ ਪ੍ਰਾਲੀ ਨੂੰ ਅੱਗ ਨਾ ਲਾਉਣ ਵਾਲੇ ਆਪਣਾਏ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਸਵੈ ਇੱਛਕ ਕੋਟੇ ਵਿੱਚੋਂ ਇੱਕ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਸੰਧਵਾ ਨੇ ਕਿਹਾ ਕਿ ਪ੍ਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ ਅਤੇ ਵਾਤਾਵਰਣ ਤੇ ਵੀ ਮਾੜਾ ਅਸਰ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਗੁਰਬਾਣੀ ਦੀ ਸੇਧ ਮੁਤਾਬਕ ਪੰਜਾਬ ਦੇ ਲੋਕ ਸਭ ਤੋਂ ਵੱਧ ਪਿਆਰ ਕਰਨ ਵਾਲੇ ਹੁੰਦੇ ਨੇ। ਜਿਵੇਂ-ਜਿਵੇਂ ਲੋਕਾਂ ਨੂੰ ਪ੍ਰਾਲੀ ਸਾੜਨ ਦੇ ਨੁਕਸਾਨ ਬਾਰੇ ਪਤਾ ਲੱਗ ਰਿਹਾ, ਉਹ ਇਸ ਰੁਝਾਨ ਨੂੰ ਛੱਡ ਰਹੇ ਨੇ। ਉਹ ਦਿਨ ਦੂਰ ਨਹੀਂ ਜਦੋਂ ਰਾਜ ਦੇ ਲੋਕ ਪ੍ਰਾਲੀ ਤੇ ਕਣਕ ਦੀ ਰਹਿਣ ਖੂਦ ਨੂੰ ਸਾੜਨ ਤੇ ਰੁਝਾਨ ਨੂੰ ਪੂਰੀ ਤਰ੍ਹਾਂ ਛੱਡ ਦੇਣਗੇ ਸੰਧਵਾ ਨਾ ਕੇਵਲ ਲੋਕਾਂ ਨੂੰ ਪ੍ਰਾਲੀ ਨਾ ਸਾੜਨ ਬਾਰੇ ਲਗਾਤਾਰ ਜਾਗਰੂਕ ਕਰ ਰਹੇ ਨੇ ਸਗੋਂ ਅਜਿਹਾ ਨਾ ਕਰਨ ਵਾਲਿਆਂ ਦਾ ਵੀ ਸਨਮਾਨ ਵੀ ਕੀਤਾ ਜਾ ਰਿਹਾ ਹੈ ਹਾਲ ਹੀ ਵਿੱਚ ਉਹਨਾਂ ਵਿਧਾਨ ਸਭਾ ਵਿੱਚ ਇੱਕ ਸਮਾਗਮ ਦੌਰਾਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਇਹ ਆਪਣੇ ਕਿਸਮ ਦਾ ਨਵਾਂ ਉਪਰਾਲਾ ਸੀ ਇਸ ਇਨਾਮ ਵੰਡ ਸਮਾਰੋਹ ਵਿੱਚ ਫਰੀਦਕੋਟ ਜ਼ਿਲ੍ਹੇ ਦੇ 18 ਮੋਗਾ ਦੇ 13, ਸੰਗਰੂਰ ਦੇ 10, ਰੂਪਨਗਰ ਦਾ 1 ਅਤੇ ਗੁਰਦਾਸਪੁਰ ਦੇ 10 ਤੇ ਲੁਧਿਆਣਾ ਤੇ ਬਰਨਾਲਾ ਦੇ 7 ਕਿਸਾਨਾਂ ਨੂੰ ਸੰਮਾਨਿਤ ਕੀਤਾ ਗਿਆ। ਉਹਨਾਂ ਕਿਸਾਨਾਂ ਨੂੰ ਬਾਅਦਤ ਤੋਂ ਬਾਅਦ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ ਹੈ। ਭਾਰਤ-ਪਾਕਿਸਤਾਨ ਸਰਹੱਦ ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਸਰਹੱਦ ਤੇ ਦੀਵਾਲੀ ਮਨਾਈ। ਇਸ ਮੌਕੇ ਬੀਐਸਐਫ ਜਵਾਨਾਂ ਨੇ ਵਿਧੀ ਨਾਲ ਪੂਜਾ ਕੀਤੀ ਤੇ ਫਿਰ ਦੀਵਾਲੀ ਦੇ ਜਸ਼ਨ ਮਨਾਏ। ਜਾਣਕਾਰੀ ਦੇ ਅਨੁਸਾਰ ਭਾਰਤ-ਪਾਕਿਸਤਾਨ ਕਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੀ 99 ਬਟਾਲੀਅਨ ਦੀ ਬੀਓਪੀ ਕੇਪੀ ਜੱਟਾਂ ਵਿਖੇ ਸਰਹੱਦ ਤੇ ਤਾਇਨਾਤ ਜਵਾਨਾਂ ਨੇ ਦੀਵਾਲੀ ਮਨਾਈ ਹੈ ਇਸ ਮੌਕੇ ਬੀਐਸਐਫ ਦੇ ਵਿਚਾਲੀਨ ਕਮਾਂਡਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਸਰਹੱਦ ਤੇ ਤਾਇਨਾਤ ਹਰ ਧਰਮ ਨਾਲ ਸੰਬੰਧਿਤ ਬੀਐਸਐਫ ਜਵਾਨ ਰੌਸ਼ਨੀ ਅਦਾ ਤਿਹਾੜ ਮਨਾਉਂਦੇ ਨੇ ਉਹਨਾਂ ਨੇ ਦੱਸਿਆ ਕਿ ਦੀਵਾਲੀ ਮੌਕੇ ਜਵਾਨਾਂ ਨੇ ਮਾਤਾ ਲਕਸ਼ਮੀ ਦਾ ਪੂਜਨ ਕਰਨ ਪਿੱਛੋਂ ਸਰਹੱਦ ਤੇ ਦੀਵੇ ਜਗਾ ਕੇ ਫੁੱਲ ਜੜੀਆਂ ਚਲਾਈਆਂ ਗਈਆਂ ਔਰ ਇਸ ਮੌਕੇ ਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਇਤਿਹਾਸਕ ਫੈਸਲਾ ਲੈਂਦੇ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਸਿਧਾਂਤਕ ਮਨਜ਼ੂਰੀ ਦਿੱਤੀ ਹੈ ਇਸ ਤੋਂ ਇਲਾਵਾ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ 6% ਦੀ ਡੀਏ ਵਿੱਚ ਵਾਅਦਾ ਕੀਤਾ ਗਿਆ ਇਹ ਪ੍ਰਗਟਾਵਾ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੇ ਵੀ ਕੀਤਾ ਇਹ ਅਹਿਮ ਫੈਸਲੇ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਾਨਬਾਦ ਕਰਦੇ ਹੋਏ ਉਚੇਰੀ ਸਿੱਖਿਆ ਮੰਤਰੀ ਹੇਰ ਨੇ ਕਿਹਾ ਕਿਹ ਦਿਨ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਬੇਹਦ ਇਤਿਹਾਸਕ ਹੈ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਈ ਸਾਲਾਂ ਦੀ ਮੰਗ ਲਾਗੂ ਕਰਨ ਦਾ ਵੱਡਾ ਫੈਸਲਾ ਕੀਤਾ ਜੋ ਕਿ ਪਿਛਲੀਆਂ ਸਰਕਾਰਾਂ ਲਾਗੂ ਨਹੀਂ ਕਰ ਸਕੀਆਂ ਉਹਨਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਨੂੰ ਕੈਬਨਿਟ ਦੇ ਵਿੱਚ ਸਿਧਾਂਤਕ ਮੰਜ਼ੂਰੀ ਦਿੱਤੀ ਆ ਉੱਥੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਐਚਵੀ ਵਾਅਦਾ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਅਹੁਦੇਦਾਰਾਂ ਦੀ ਚੋਣ ਲਈ 9 ਨਵੰਬਰ ਨੂੰ ਰੱਖੇ ਗਏ ਜਰਨਲ ਇਜਲਾਸ ਦੀ ਤਾਰੀਖ ਅੱਗੇ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮਜੂਦਾ ਜਰਨਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਸੰਬੰਧੀ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ। ਪਤਾ ਲੱਗਿਆ ਹੈ ਕਿ ਇਸ ਪੱਤਰ ਵਿੱਚ ਉਹਨਾਂ ਨੇ ਕਿਹਾ ਕਿ 8 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰ ਤੇ ਹੋਰ ਸੰਗਤ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦਰਸ਼ਨ ਕਰਨ ਲਈ ਜਾ ਰਹੀ ਹੈ। ਇਸ ਦੌਰਾਨ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਸਲਾਨਾ ਚੋਣ ਲਈ ਜਰਨਲ ਇਜਲਾਸ ਰੱਖਿਆ ਗਿਆ ਹੈ। ਹਸਪੱਤਰਾਂ ਹੀ ਉਹਨਾਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਦੇਸ਼ ਜਾਰੀ ਕਰਨ ਕਿ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਵਾਸਤੇ ਰੱਖੇ ਗਏ ਜਰਨਲ ਇਜਲਾਸ ਨੂੰ 10 ਦਿਨਾਂ ਵਾਸਤੇ ਅਗਾਹ ਪਾ ਦਿੱਤਾ ਜਾਏ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਇੱਕ ਹੋਰ ਮੈਂਬਰ ਵੱਲੋਂ ਵੀ ਇਹ ਜਰਨਲ اجلاس ਅਗਾਹ ਪਾਉਣ ਦੀ ਅਪੀਲ ਕੀਤੀ ਗਈ ਹੈ। ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਜਿਸ ਕੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪੱਤਰ ਅਗਾਹ ਸ਼੍ਰੋਮਣੀ ਕਮੇਟੀ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤੇ ਗਏ ਨੇ। ਇਸ ਸਬੰਧੀ ਕੋਈ ਵੀ ਅਗਲਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਜੋਂ ਲਿਆ ਜਾਏਗਾ। ਔਰ ਦੱਸਦੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਸੁਝਾਅ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਜਾ ਰਿਹਾ ਸੀ ਔਰ ਮੰਨਿਆ ਜਾ ਰਿਹਾ ਕਿ ਇਸ ਵਾਰ ਜਨਰਲ ਇਜਲਾਸ ਵਿੱਚ ਹੰਗਾਮਾ ਵੀ ਹੋ ਸਕਦਾ ਹੈ ਬੀਬੀ ਜਗੀਰਕੌਰ ਇਸ ਵਾਰ ਪ੍ਰਧਾਨਗੀ ਦੀ ਚੋਣ ਲੜਨ ਦੇ ਰੋ ਵਿੱਚ ਨੇ ਜੇਕਰ ਉਹਨਾਂ ਨੂੰ ਉਮੀਦਵਾਰ ਨਾ ਬਣਾਇਆ ਗਿਆ ਤਾਂ ਉਹ ਖੁਦ ਖੜੇ ਹੋ ਸਕਦੇ ਨੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਖਿਲਾਫ ਮੈਚ ਵਿੱਚ ਕੈਚ ਛੱਡਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਆਲੋਚਕਾਂ ਦੇ ਘੇਰਿਆਂ 'ਚ ਆਏ ਅਰਸ਼ਦੀਪ ਸਿੰਘ ਨੇ ਵਿਸ਼ਵ ਕੱਪ ਵਿੱਚ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਅਰਸ਼ਦੀਪ ਨੇ ਆਪਣੀ ਪਹਿਲੀ ਹੀ ਗੇਂਦ ਤੇ ਦਿੱਗਜ ਬੱਲੇਬਾਜ਼ ਬਾਬਰ ਆਜ਼ਮ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ ਬਾਬਰ ਆਪਣਾ ਖਾਤਾ ਵੀ ਨਹੀਂ ਖੋਲ ਸਕਿਆ ਇਸ ਤੋਂ ਇਲਾਵਾ ਉਸਨੇ T20 ਰੈਂਕਿੰਗ ਵਿੱਚ ਪਹਿਲੇ ਸਥਾਨ ਤੇ ਕਾਬਜ਼ ਮੁਹੰਮਦ ਰਿਜ਼ਵਾਨ ਅਤੇ ਆਸਿਫ ਅਲੀ ਨੂੰ ਵੀ ਆਊਟ ਕੀਤਾ ਅਰਸ਼ਦੀਪ ਨੇ 4 ਓਵਰਾਂ ਵਿੱਚ 32 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਰਸ਼ਦੀਪ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਉਸਦੀ ਮਾਂ ਬਲਜੀਤ ਕੌਰ ਕਾਫੀ ਖੁਸ਼ ਨੇ ਉਹਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਰਸ਼ਦੀਪ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕਰ ਦਿੱਤਾ ਅਰਸ਼ਦੀਪ ਨੇ ਇੱਥੇ ਪਹੁੰਚਣ ਤੱਕ ਬਹੁਤ ਮਿਹਨਤ ਕੀਤੀ ਹੈ ਪਰਿਵਾਰ ਨੇ ਉਸ ਨੂੰ ਸਾਲਾਂ ਤੋਂ ਪਸੀਨਾ ਵਹਾਉਂਦੇ ਦੇਖਿਆ ਹੈ ਖੇਡ ਵਿੱਚ ਜਿੱਤਾਂ ਤੇ ਹਾਰਾਂ ਹੁੰਦੀਆਂ ਰਹਿੰਦੀਆਂ ਨੇ ਹਰ ਖਿਡਾਰੀ ਮੈਚ ਦੇ ਦੌਰਾਨ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ ਉਹਨਾਂ ਨੇ ਕਿਹਾ ਕਿ ਮੈਚ ਕੋਈ ਵੀ ਹੋਵੇ ਅਸੀਂ ਸ਼ੁਰੂ ਤੋਂ ਹੀ ਭਾਰਤੀ ਟੀਮ ਦੀ ਜਿੱਤ ਦੇ ਲਈ ਅਰਦਾਸ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ T20 ਵਿਸ਼ਪ ਕੱਪ ਵਿੱਚ ਭਾਰਤ ਦੇ ਮੈਚ ਜਿੱਤਣ ਤੇ ਵਧਾਈਆਂ ਦਿੱਤੀਆਂ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਸੀਗਾ ਕਿ T20 ਵਿਸ਼ਪ ਕੱਪ ਵਿੱਚ ਭਾਰਤ ਦੀ ਪਾਕਿਸਤਾਨ ਤੇ ਚਾਰ ਵਿਕਟਾਂ ਦੀ ਜਿੱਤ ਨੇ ਪੂਰੇ ਭਾਰਤ ਵਾਸੀਆਂ ਨੂੰ ਦਿਵਾਲੀ ਦਾ ਵੱਡਾ ਤੋਹਫ਼ਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਿਰਾਟ ਕੋਹਲੀ ਤੇ ਪੰਜਾਬ ਦੀ ਸ਼ਾਨ ਅਰਸ਼ਦੀਪ ਸਿੰਘ ਸਮੀਤ ਸਾਰੀ ਟੀਮ ਨੇ ਬਹੁਤ ਵਧੀਆ ਖੇਡ ਦਿਖਾਈ। ਉਹਨਾਂ ਸਾਰੀ ਟੀਮ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਲਿਖਿਆ ਕਿ ਚੱਕ ਦੇ ਇੰਡੀਆ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ T20 ਵਿਸ਼ਵ ਕੱਪ 2022 ਦਾ ਮੁਕਾਬਲਾ ਆਸਟ੍ਰੇਲੀਆ ਦੇ ਨਾਲ ਫਾਰਮ ਵਿੱਚ ਖੇਡਿਆ ਗਿਆ। ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲੱਗਾ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ ਵਿੱਚ ਸ਼ਾਨ ਮਸਦੂਦ ਤੇ ਇਫਤਖਰ ਅਹਿਮਦ ਦੀਆਂ ਕ੍ਰਮਵਾਰ 52 ਦੌੜਾਂ ਤੇ 51 ਦੌੜਾਂ ਦੇ ਬਦੌਲਤ 8 ਵਿਕਟਾਂ ਦੇ ਨੁਕਸਾਨ ਤੇ 159 ਦੌੜਾਂ ਬਣਾਈਆਂ ਇਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਦੇ ਲਈ 160 ਦੌੜਾਂ ਦਾ ਟੀਚਾ ਦਿੱਤਾ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੇ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਤੇ ਨੁਕਸਾਨ ਤੇ 160 ਦੌੜਾਂ ਬਣਾ ਕੇ ਭਾਰਤ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ ਇਸ ਤਣ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਿੰਕ ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਬੀਲਿਊਰਸਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ